ਜਿੰਨਾ ਚਿਰ ਉਹਦੀਆਂ ਕਾਲੀਆਂ ਭੇਡਾਂ ਸਾਡੇ ਵਿੱਚ ਨੇ ਮੈਂ ਸੌ ਚ ਸ਼ਾਮਲ ਨਹੀਂ ਹੋ ਸਕਦਾ। ਮੈਂ ਸੌ ਦਾ ਬਾਈਕਾਟ ਕਰਦਾ। ਜੀਰਾ ਸਾਹਿਬ, ਜੀਰਾ ਸਾਹਿਬ, ਓ ਜੀਰਾ ਸਾਹਿਬ, ਕਹਿਣਗੇ ਜਾਂ ਬੰਦਾ ਬਣ ਜਾਂਦੇ ਤਾਂ ਚੱਲ ਬਾਹਰ, ਚੱਲ ਬਾਹਰ। ਦੇਖੋ ਸ਼ੋ ਕੌਜ ਨੋਟਿਸ ਵੀ ਮਿਲ ਗਿਆ ਜੀ, ਉਹਦੇ ਉੱਤੇ ਡਿਸੀਜਨ ਵੀ ਲੈ ਲਿਆ। ਸਰਦਾਰ ਕੁਲਬੀਰ ਸਿੰਘ ਜ਼ੀਰਾ ਹੈਜ਼ ਬਿਨ ਸਸਪੈਂਡਡ ਫਰੋਮ ਕਾਂਗਰਸ ਮੈਂਬਰਸ਼ਿਪ। ਕਾਂਗਰਸ ਦੇ ਜ਼ੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਪਾਰਟੀ ਚੋਂ ਸਸਪੈਂਡ ਕਰਨ ਤੋਂ ਬਾਅਦ ਸੁਨੀਲ ਜਾਖੜ ਦਾ ਬਿਆਨ ਸਾਹਮਣੇ ਹੈ। ਸੁਨੀਲ ਜਾਖੜ ਦਾ ਕਹਿਣਾ ਹੈ ਕਿ ਕੁਲਬੀਰ ਸਿੰਘ ਜ਼ੀਰਾ ਵੱਲੋਂ ਅਨੁਸ਼ਾਸਨ ਨੂੰ ਭੰਗ ਕਰਨ ਬਦਲੇ ਪਾਰਟੀ ਚੋਂ ਸਸਪੈਂਡ ਕੀਤਾ ਗਿਆ। ਜੋ ਵੀ ਜ਼ੀਰਾ ਸਾਹਿਬ ਨੇ ਇਲਜ਼ਾਮ ਲਾਏ ਹੈ ਉਹ ਪਰਸੋਂ ਕੱਲ੍ਹ ਮਿਲ ਕੇ ਉਹਨਾਂ ਨੇ ਡੀ ਜੀ ਪੀ ਸਾਹਿਬ ਨੂੰ ਆਪਣੇ ਸਾਰੇ ਚਾਰਜਿਸ ਉਹਨਾਂ ਨੂੰ ਦੇ ਤੇ। ਡੀ ਜੀ ਪੀ ਸਾਹਿਬ ਨੇ ਉਹਨਾਂ ਨੂੰ ਈਅਰ ਮਾਰਕ ਕਰਤਾ ਡਿਫਰੈਂਟ ਅਥਾਰਟੀਜ਼ ਨੂੰ ਵੀ ਉਹਨਾਂ ਦੀ ਜਾਂਚ ਕੀਤੀ ਜਾਵੇ। ਉਹਨਾਂ ਦੀ ਦੇਖੋ ਮੈਂ ਕਹਿ ਰਿਹਾ ਵੀ ਜੋ ਉਸੇ ਦੀ ਜਾਂਚ ਕਰਨ ਵਾਸਤੇ ਅਸੀਂ ਕਰ ਰਹੇ ਸਰ, ਉਹਨਾਂ ਦੀ ਜੋ ਹੈ ਇਸ ਗੱਲ ਨੂੰ ਜਾਂਚ ਕੀਤਾ। ਦੇਖੋ ਸ਼ੋ ਕੌਜ ਨੋਟਿਸ ਵੀ ਮਿਲ ਗਿਆ ਜੀ, ਉਹਦੇ ਉੱਤੇ ਡਿਸੀਜਨ ਵੀ ਲੈ ਲਿਆ। ਸਰਦਾਰ ਕੁਲਬੀਰ ਸਿੰਘ ਜ਼ੀਰਾ ਹੈਜ਼ ਬਿਨ ਸਸਪੈਂਡਡ ਫਰੋਮ ਕਾਂਗਰਸ ਮੈਂਬਰਸ਼ਿਪ। ਕਿਸੇ ਦੀ ਜਾਨ ਨੂੰ ਪੰਜਾਬ ਦੇ ਅੰਦਰ ਕਿਸੇ ਨੂੰ ਖਤਰਾ ਨਹੀਂ। ਹਰ ਕਿਸਮ ਦੀ ਸਿਕਿਉਰਿਟੀ, ਜ਼ੀਰਾ ਸਾਹਿਬ ਨੇ ਜੋ ਇਲਜ਼ਾਮ ਲਗਾਇਆ ਉਹਨਾਂ ਦੀ ਨਿਰਪੱਖ ਤੌਰ 'ਤੇ ਜਾਂਚ ਹੋਊਗੀ। ਬਿਲਕੁਲ ਜਿਹੜਾ ਵੀ ਕੋਈ ਅਫਸਰ, ਮੁਲਾਜ਼ਮ, ਕੋਈ ਵੀ ਪੋਲੀਟੀਕਲ ਲੀਡਰ ਇਨਵੋਲਵ ਹੋਇਆ ਉਹਦੇ ਉੱਤੇ ਬਣਦੀ ਕਾਰਵਾਈ ਹੋਊਗੀ, ਬਿਕੋਜ਼ ਦਿਸ ਇਜ਼ ਰੂਲ ਆਫ ਲਾਅ। ਬਟ ਜ਼ੀਰਾ ਸਾਹਿਬ ਨੂੰ ਪਾਰਟੀ ਦੇ ਇਨਡਿਸਿਪਲਿਨ ਕਰਕੇ ਹੀ ਹੈਜ਼ ਬਿਨ ਸਸਪੈਂਡਡ ਫਰੋਮ ਦਾ ਪਾਰਟੀ ਟਿਲ ਫਰਦਰ ਨੋਟਿਸ। ਦੇਖੋ ਕੋਈ ਸਾਲ ਸੁਲ ਦੇ ਨਹੀਂ, ਵੀ ਵਿਲ ਲੁੱਕ ਇਨ ਟੂ ਦ ਇਸ਼ੂ ਇਜ਼ ਬੀਂਗ ਐਗਜ਼ਾਮਿਨਡ। ਪਾਰਟੀ ਹਾਈ ਕਮਾਂਡ ਐਂਡ ਪਾਰਟੀ ਹੈਜ਼ ਟੇਕਨ ਵੈਰੀ ਸੀਰੀਅਸ ਨੋਟ ਆਫ ਦਿਸ ਗਰੋਸ ਇਨਡਿਸਿਪਲਿਨ ਫਾਰ ਅੰਡਰਮਾਈਨਿੰਗ ਦ ਐਫਰਟ ਮੇਡ ਬਾਏ ਕੈਪਟਨ ਅਮਰਿੰਦਰ ਸਿੰਘ ਜੀ ਲੈਡ ਕਾਂਗਰਸ ਪਾਰਟੀ ਇਨ ਟਰਮਸ ਆਫ ਕੰਟੇਨਿੰਗ ਡਰੱਗਸ ਐਂਡ ਐਸਟੈਬਲਿਸ਼ਿੰਗ ਲਾਅ ਐਂਡ ਆਰਡਰ ਇਨ ਪੰਜਾਬ। ਉਹਨੂੰ ਲੈ ਕੇ ਜੋ ਉਹਨਾਂ ਨੇ ਗਰੋਸ ਇਨਡਿਸਿਪਲਿਨ ਕੀਤਾ ਉਹਦੇ ਕਰਕੇ ਉਹਨਾਂ ਨੂੰ ਸਸਪੈਂਡ ਕੀਤਾ। ਬਾਕੀ ਨਾਲ ਹੀ ਸੁਨੀਲ ਜਾਖੜ ਨੇ ਇਹ ਵੀ ਕਿਹਾ ਕਿ ਜ਼ੀਰਾ ਨੂੰ ਜੇਕਰ ਕੋਈ ਸ਼ਿਕਾਇਤ ਸੀ ਤਾਂ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਬੰਦ ਕਮਰਾ ਮੀਟਿੰਗ ਕਰਨੀ ਚਾਹੀਦੀ ਸੀ। ਉਹ ਆਪਣੀ ਬਾਤ ਕਹਿਣ ਦਾ ਪੂਰਾ ਅਖਤਿਆਰ ਹੈ, ਪਰੰਤੂ ਜਹਾਂ ਪੇ ਡਰੱਗ ਕੇ ਮਸਲੇ ਕੋ ਲੈ ਕੇ ਉਨਕੀ ਕੋਈ ਵੀ ਖਦਸ਼ਾ ਸੀ, ਮਾਨਯ ਮੁੱਖ ਮੰਤਰੀ ਸੇ, ਮਿਨਿਸਟਰ ਸੇ, ਡੀ ਜੀ ਪੀ ਸਾਹਿਬ ਸੇ ਕਭੀ ਵੀ ਮੁਲਾਕਾਤ ਕਰ ਸਕਤੇ ਥੇ। ਇੱਕ ਪਬਲਿਕ ਫੰਕਸ਼ਨ ਕੇ ਉੱਪਰ ਜਾ ਕੇ ਇਸ ਕਿਸਮ ਕੇ ਲਾਂਛਨ ਇਲਜ਼ਾਮ ਲਗਾਉਣੇ ਕੇ ਲੀਏ ਪਾਰਟੀ ਕੇ ਅੰਦਰ ਬੈਠ ਕੇ ਜੋ ਬਾਤੇਂ ਹੋਣੀ ਚਾਹੀਏ ਥੀ, ਪਾਰਟੀ ਕਾ ਅਨੁਸ਼ਾਸਨ ਮੰਗ ਕੀਆ, ਇਸ ਲਈ ਉਨਕੋ ਪਾਰਟੀ ਸੇ ਸਸਪੈਂਡ ਕਰ। ਸੁਨੀਲ ਜਾਖੜ ਨੇ ਕਿਹਾ ਕਿ ਜੋ ਲੋਕ ਵੀ ਪਾਰਟੀ 'ਚ ਅਨੁਸ਼ਾਸਨ ਭੰਗ ਕਰਨਗੇ ਉਹਨਾਂ ਦਾ ਇਹੀ ਹਾਲ ਹੋਵੇਗਾ। ਕਹਿ ਰਿਹਾ ਵੀ ਉਹਨਾਂ ਨੇ ਜਦੋਂ ਦਿੱਤੀ ਹੋਣੀ ਹੈ ਇਸੇ ਗੱਲ ਦਾ ਇੱਕ ਨਤੀਜਾ ਹੈ ਵੀ ਇਨਡਿਸਿਪਲਿਨ ਪਾਰਟੀ ਦੇ ਅੰਦਰ ਨਹੀਂ ਬਰਦਾਸ਼ਤ ਹੋਊਗਾ। ਕਿਸੇ ਦਾ ਵੀ ਖਦਸ਼ਾ ਹੈ, ਮੈਨੂੰ ਕੋਈ ਪ੍ਰੋਬਲਮ ਹੈ, ਪਾੜਾ ਸਾਹਿਬ ਨੂੰ ਕੋਈ ਪ੍ਰੋਬਲਮ ਹੈ, ਪਾਰਟੀ 'ਚ ਬੈਠ ਕੇ ਗੱਲ ਕਰ ਲਓ। ਪਾਰਟੀ ਦੇ ਜਿਹੜੀ ਐਫਰਟ ਹੈ ਉਹਨੂੰ ਅੰਡਰਮਾਈਨ ਕਰਨ ਦੀ। ਇਸ ਸੰਬੰਧੀ ਪੱਤਰਕਾਰਾਂ ਵੱਲੋਂ ਜਦੋਂ ਸਵਾਲ ਕੀਤਾ ਗਿਆ ਕਿ ਜੇਕਰ ਇੱਕ ਅਫਸਰ ਦੇ ਭ੍ਰਿਸ਼ਟ ਹੋਣ ਬਾਰੇ ਖੁਲਾਸਾ ਜਨਤਕ ਕੀਤਾ ਗਿਆ ਤਾਂ ਇਸਦਾ ਮਤਲਬ ਇਹ ਨਹੀਂ ਕਿ ਪਾਰਟੀ ਉਸ ਨੂੰ ਸਸਪੈਂਡ ਕਰ ਦੇਵੇਗੀ। ਬਿਲਕੁਲ ਬਿਲਕੁਲ ਬੰਦ ਨਹੀਂ ਕਿਵੇਂ ਕਰਤਾ ਜੀ, ਪਾਰਟੀ 'ਚੋਂ ਅਸੀਂ ਕੀਤਾ, ਇਜ਼ ਵੈਰੀ ਮਚ ਅਸੀਂ ਉਹਦੇ 'ਚ ਕੀ ਉਹਦਾ ਕੀ। ਦੇਖੋ ਪਾਰਟੀ ਇਜ਼, ਦੇਖੋ ਹੀ ਹੈਜ਼ ਨੋਟ ਬੀਨ ਸਸਪੈਂਡਡ ਫਰੋਮ ਦਾ ਲੈਜਿਸਲੇਟਿਵ ਪਾਰਟੀ, ਹੀ ਇਜ਼ ਬੀਨ ਸਸਪੈਂਡਡ ਫਰੋਮ ਦਾ ਪ੍ਰਾਇਮਰੀ ਮੈਂਬਰਸ਼ਿਪ ਆਫ ਕਾਂਗਰਸ ਪਾਰਟੀ। ਕਾਂਗਰਸ ਪਾਰਟੀ ਨੇ ਫੈਸਲਾ ਲਿਆ, ਕਾਂਗਰਸ ਪਾਰਟੀ ਨੇ ਅਨੁਸ਼ਾਸਨਹੀਣਤਾ ਵਾਸਤੇ ਇੱਕ ਸੈਕਿੰਡ ਮੇਰਾ ਸਵਾਲ ਪੁੱਛ, ਮੈਂ ਤੁਸੀਂ ਮੈਨੂੰ ਪੁੱਛਿਆ ਜਾਂ ਤਾਂ ਤੁਸੀਂ ਇਹਨਾਂ ਦੀ ਗੱਲ ਦਾ ਜਵਾਬ ਦੇ ਦਾਂ ਮੈਂ ਇੱਕ ਮਿੰਟ। ਉਹਨਾਂ ਨੇ ਜਿਹੜਾ ਜਵਾਬ ਦਿੱਤਾ ਹੈ ਉਹਦੇ ਵਿੱਚ ਆਪਣਾ ਕੰਡਕਟ ਪੂਰੀ ਤਰ੍ਹਾਂ ਐਕਸਪਲੇਨ ਉਸ 'ਚ ਨਹੀਂ ਹੋਇਆ, ਇਸ ਕਰਕੇ ਪਾਰਟੀ ਨੇ ਸਸਪੈਂਡ ਕਰਤਾ। ਵੀ ਲੁੱਕ ਇਨ ਟੂ ਦਿਸ, ਥੈਂਕ ਯੂ ਸਰ, ਥੈਂਕ ਯੂ। ਸੋ ਬੇਸ਼ੱਕ ਜ਼ੀਰਾ ਨੂੰ ਪਾਰਟੀ 'ਚੋਂ ਸਸਪੈਂਡ ਕੀਤਾ ਗਿਆ, ਪਰ ਇਸ ਦੇ ਨਾਲ ਇਹ ਸਾਬਿਤ ਜ਼ਰੂਰ ਹੋ ਗਿਆ ਕਿ ਜੇਕਰ ਤੁਸੀਂ ਕਿਸੇ ਦੇ ਭ੍ਰਿਸ਼ਟ ਹੋਣ ਬਾਰੇ ਖੁਲਾਸਾ ਕਰਦੇ ਹੋ ਤਾਂ ਪਾਰਟੀ ਤੁਹਾਨੂੰ ਬਖਸ਼ੇਗੀ ਨਹੀਂ। ਕਾਂਗਰਸ ਵੱਲੋਂ ਲਏ ਗਏ ਸੈਕਸ਼ਨ ਤੋਂ ਬਾਅਦ ਕਾਂਗਰਸ ਸਵਾਲਾਂ ਦੇ ਘੇਰੇ ਵਿੱਚ ਜ਼ਰੂਰ ਆਈ ਹੋਈ ਹੈ। ਖੈਰ ਇਸ ਮਾਮਲੇ 'ਤੇ ਜ਼ੀਰਾ ਦਾ ਵੀ ਬਿਆਨ ਸਾਹਮਣੇ ਆ ਗਿਆ ਅਤੇ ਜ਼ੀਰਾ ਨੇ ਕਿਹਾ ਕਿ ਉਹ ਪਾਰਟੀ ਦੇ ਇਸ ਫੈਸਲੇ ਨੂੰ ਸਿਰ ਮੱਥੇ ਮੰਨਦੇ ਨੇ। ਮੈਂ ਇਹ ਗੱਲ ਕਹਿੰਦਾ ਕਿ ਪਬਲਿਕ ਪਲੇਟਫਾਰਮ 'ਤੇ ਮੇਰਾ ਕੋਈ ਗੱਲ ਰੱਖਣ ਦਾ ਮਤਲਬ ਨਹੀਂ ਸੀ। ਮੈਂ ਪਹਿਲਾਂ ਵੀ ਦੱਸਿਆ ਕਿ ਮੁਖਵਿੰਦਰ ਸਿੰਘ ਛੀਨਾ ਨੂੰ ਬੁਲਾਇਆ ਗਿਆ ਔਰ ਛੀਨਾ ਜੀ ਨੂੰ ਬੁਲਾਉਣ ਤੋਂ ਬਾਅਦ ਮੇਰੇ ਲੋਕਾਂ ਨੇ ਮੈਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹੋ ਜਿਹਾ ਕਰਪਟ ਅਫਸਰ ਸਾਨੂੰ ਸਹੁੰ ਚੁਕਾਊਗਾ।
तो मैं उत्थे जो जज्बात सी लोगों ने मैं वो रखे और मैनू पार्टी ने जो सस्पेंड किया जो फैसला लिया है बहुत चंगा फैसला लिया है। मैं जाखड़ साहब का धन्यवाद करदा और सल्यूट करदा क्योंकि जिहड़ा प्रधान है वो माँ हुंदी है पार्टी की और माँ ने पुत लई फैसला लिया ये पुत हमेशा उस माँ का ही बन के रहूगा उस पार्टी का बन के रहूगा और इस फैसले का वैलकम कर लोग सभा चोणों लई तां है ना जे कुलबीर सिंह जीरा कांग्रेस के उल्ट चलूगा। कुलबीर सिंह जीरा पहला भी कांग्रसी सी अज भी कांग्रसी है वोटा भी कांग्रेस नूं पावेगा प्रचार भी कांग्रेस का करेगा ये आखिर तक जाऊ वीरे तुहानूं कल भी कहा सी कि छीना दे इहो जे करप्ट अफसर नंगे करके रखांगा। सो हुण तुहानूं कुलबीर सिंह जीरा दी उस स्पीच भी सुना दिंदे आ जिस दे नाल कांग्रेस विच कई दिनों तो भूचाल आए हुए सी अते इस भूचाल नूं दूर करन दे लई कांग्रेस ने चाह विचों मक्खी दी तरह जीरा नूं कट के बाहर सुट दिता। ए मनप्रीत बादल साहब मैं दसना चाहना ए फतेह दा जवाब फतेह च क्यों नहीं दिंदे आ प्रेशर दे वीर बैठे इन्हां दा भी धन्नवाद करदा। बादल साहब दो साल हो गए पहला तो 10 साल बादलों ने चोरी रखिया आ 2 साल आया सरकार बनी और कैप्टन अमरिंदर सिंह जी ने जो साडे मुख्यमंत्री ने जिन्होंने सौ खाधी कि असी नशा मुक्त पंजाब करना है पर बहुत माड़ी गल क्योंकि नशा मुक्त पंजाब पिंडां दे सरपंच नहीं कर सकते नशा मुक्त पंजाब हो सकता है कैप्टन अमरिंदर सिंह जी दे करियां जा अपने करियां नहीं होना ए अफसर सुधर जान उहदा अज मैं विखाउणा तुहानूं खुल्ला चिट्ठा मेरे जीरे हल्के दा शराब का ठेकेदार जतिंदर पाल सिंह पिंड लोके मेरे बंदियों ने गोलियां बचियां शरेआम इधर वेखो बादल साहब गोलियां बचियां शराब के ठेकेदार का परचे चो ना कैंसल ते किसे ने गेरा तक नहीं मारा किन्ने कीता ये पंजाब पुलिस ने कीता। मेरे जीरे अगे नर्सी ब्रांचा चलदिया ने जीरे वाले सचो सची दसो जिन्हों के पिंडों के विच नजायज ब्रांचा चलदिया ने हाथ खड़े करो खड़े होके दसो कि पुलिस कुछ नहीं करती पुलिस वाले कहिंदे जे मैं सचो नूं कहिंदा तां सचो कहिंदा सानूं तलियां दा दबाया असीं कुछ नहीं कर सकते। आ साहब बादल साहब इक मेरे फरमान आ फरमान जिहनूं 8-10 गनमैन मिलिया ਕਹਿੰਦਾ ਜੀ ਉਹਨੂੰ ਗਾਉਂਡਰ ਜਿਹੜੇ ਦੂਜੇ ਗੁੰਡੇ ਆ ਉਹਨਾਂ ਤੋਂ ਡਰ ਆ ਉਹ ਤੋਂ ਵੱਡਾ ਗੁੰਡਾ ਕਿਹੜਾ ਹੋ ਸਕਦਾ ਅੱਜ ਉਹਨਾਂ ਦੇ ਮੈਂ ਚਿੱਠੇ ਲੈ ਕੇ ਆਇਆ ਆ ਵੇਖੋ ਜੀ ਬੋਹੜ ਸਿੰਘ ਸਰਪੰਚ ਆ ਮੇਰਾ ਇਹਦਾ ਐਨ50 ਦਾ ਸੰਸਾ ਇਹਦਾ ਸ਼ਰਾਬ ਦਾ ਠੇਕੇ ਦਾ ਰਿਹਾ ਔਰ ਜਿਹਦਾ ਐਨ50 ਦਾ ਲਾਇਸੈਂਸ ਹੋਵੇ ਉਹ ਬੰਦਾ 2 ਪੇਟੀਆਂ ਆਪਣੇ ਕੋਲ ਰੱਖ ਸਕਦਾ ਹੈ ਦਾਰੂ ਦਾ ਪਰ ਇਹਦੇ ਕੋਲੋਂ 2 ਪੇਟੀਆਂ ਨਹੀਂ ਫੜੀਆਂ ਗਈਆਂ ਔਰ ਸਾਹਿਬ 8:30 ਫਿਰੋਜ਼ਪੁਰ ਕੈਂਟ ਚ ਇਹਦੇ ਤੇ ਪਰਚਾ ਹੋਇਆ ਔਰ 9:30 ਇਹ ਗਿੱਦੜ ਪਿੰਡੀ ਵਾਲਾ ਪੁੱਲ ਲੱਗ ਰਿਹਾ ਮੇਰੇ ਬੰਦੇ ਦਾ ਝੂਠਾ ਪਰਚਾ ਕੈਂਸਲ ਨਹੀਂ ਕੀਤਾ ਗਿਆ ਉਹਦਾ ਚਲਾਨ ਪੇਸ਼ ਕਰਤਾ ਔਰ ਕੈਂਸਲ ਕਿਹਨੇ ਦਾ ਕੀਤਾ ਆ ਵਿਖਾਉਣਾ ਆ ਫਰਮਾਨ ਸਿੰਘ ਦਾ ਪਰਚਾ ਕੈਂਸਲ FIR ਨੰਬਰ ਵੇਖ ਲਓ ਉਸ ਤੋਂ ਬਾਅਦ ਮੁਕਦਮਾ ਨੰਬਰ 126 ਫਰਮਾਨ ਸਿੰਘ ਕਹਿੰਦੇ ਨੇ ਗਲਤ ਪਰਚਾ ਕੈਂਸਲ ਉਸ ਤੋਂ ਬਾਅਦ ਆ ਪਰਚਾ ਜੀ 171 ਨੰਬਰ ਇਹ ਨੋਨੀ ਦੇ ਮਿੰਨੇ ਤੇ ਚਿੰਦੂ ਦੇ ਕਹਿੰਦੇ ਜੀ ਇਹ ਵੀ ਕੈਂਸਲ ਇਹੋ ਜਿਹਾ ਸਮਾਂ ਦੀ ਲੋੜ ਨਹੀਂ ਜਿੱਥੇ ਇਹਨਾਂ ਨੂੰ ਸਮਾਂ ਖਵਾ ਦਿਓ ਤੇ ਆਪ ਘਰ ਭਰੀ ਚਲੋ ਇਹੋ ਜਿਹਾ ਸੋਹਣਾ ਦੀ ਲੋੜ ਨਹੀਂ ਸਾਨੂੰ ਮੈਂ ਆਪਦੇ ਜਜ਼ਬਾਤ ਰੱਖਣੇ ਸੀ ਜਿੰਨਾ ਚਿਰ ਇਹੋ ਜਿਹੀਆਂ ਕਾਲੀਆਂ ਭੇਡਾਂ ਸਾਡੇ ਵਿੱਚ ਨੇ ਮੈਂ ਸੌ ਚ ਸ਼ਾਮਲ ਨਹੀਂ ਹੋ ਸਕਦਾ ਮੈਂ ਸੌ ਦਾ ਬਾਈਕਾਟ ਕਰਦਾ
ਬਹੁਤ ਬਹੁਤ ਧੰਨਵਾਦ। ਕੁਲਬੀਰ ਸਿੰਘ ਜ਼ੀਰਾ ਪਾਰਟੀ ਚੋਂ ਸਸਪੈਂਡ ਕਿਉਂ ਕੀਤਾ ਗਿਆ? ਕੁਲਬੀਰ ਸਿੰਘ ਜ਼ੀਰਾ ਨੂੰ ਸਸਪੈਂਡ ਕਰਨ ਤੋਂ ਬਾਅਦ ਇਸ ਗੱਲ ਤੇ ਮੋਹਰ ਲੱਗ ਗਈ ਹੈ ਕਿ ਪਾਰਟੀ ਆਪਣੇ ਵਿਧਾਇਕਾਂ ਦੇ ਨਾਲ ਨਹੀਂ ਬਲਕਿ ਉਹਨਾਂ ਅਫਸਰਾਂ ਦੇ ਨਾਲ ਹੈ ਜਿਨ੍ਹਾਂ ਤੇ ਭ੍ਰਿਸ਼ਟ ਹੋਣ ਦੇ ਗੰਭੀਰ ਇਲਜ਼ਾਮ ਲੱਗ ਰਹੇ ਨੇ। ਪਾਰਟੀ ਦੇ ਸੈਕਸ਼ਨ ਤੋਂ ਬਾਅਦ ਅਫਸਰਾਂ ਨੂੰ ਸ਼ੈ ਜ਼ਰੂਰ ਮਿਲੇਗੀ। ਖੈਰ, ਇਸ ਮਾਮਲੇ ਦੀ ਵੀ ਜਾਂਚ ਵਿਜੀਲੈਂਸ ਨੂੰ ਸੌਂਪੀ ਗਈ ਹੈ। ਵੇਖਣਾ ਹੋਵੇਗਾ ਕਿ MS ਛੀਨਾ 'ਤੇ ਲਗਾਏ ਗਏ ਗੰਭੀਰ ਦੋਸ਼ਾਂ ਬਾਰੇ ਜਾਂਚ ਵਿੱਚੋਂ ਨਿਕਲ ਕੇ ਸਾਹਮਣੇ ਕੀ ਆਉਂਦਾ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।